ਹਾਂ ਕੁਰਬਾਨ ਹੈ, ਹਾਂ ਕੁਰਬਾਨ ਹੈ, ਜਾਂ ਬਿਨਾਂਗੇ ਲੈਣ ਜੋ ਤੇਰਾ ਨਾਮ, ਹਾਂ ਕੁਰਬਾਨ ਹੈ, ਜਾਂ ਬਿਨਾਂਗੇ ਲੈਣ ਜੋ ਤੇਰਾ ਨਾਮ। ਖਾਲਸੇ ਦਾ ਸਾਜਨਾ ਦਿਵਸ ਵਿਸਾਖੀ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਅੱਜ ਮੇਲੇ ਦੀ ਸਮਾਪਤੀ ਹੈ, ਜਿਸ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਤਖਤ ਸਾਹਿਬ ਵੱਲੋਂ ਮਹੱਲਾ ਸਜਾਇਆ ਗਿਆ। ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਮਹੱਲੇ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਿਰਕਤ ਕੀਤੀ ਹੈ। ਮੂਹਰੇ ਨੌਜਵਾਨ ਨੇ ਜਿਹੜੇ ਗੱਤਕਾ ਖੇਡਦੇ ਨਜ਼ਰ ਆ ਰਹੇ ਨੇ, ਜਿਸ ਤੋਂ ਬਾਅਦ ਪੰਜ ਨਿਸ਼ਾਨ ਜੀ ਸਿੰਘ ਇਸ ਮਹੱਲੇ ਦੇ ਵਿੱਚ ਚੱਲ ਰਹੇ ਨੇ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਦਮਦਮਾ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਹੱਲਾ ਸਜਾਇਆ ਗਿਆ। ਨਿਸ਼ਾਨ ਜੀ ਸਿੰਘਾਂ ਤੋਂ ਬਾਅਦ ਪੰਜ ਪਿਆਰੇ ਨੇ ਜਿਹੜੇ, ਉਹ ਵੀ ਇਸ ਮਹੱਲੇ ਦੀ ਅਗਵਾਈ ਕਰ ਰਹੇ ਨੇ। ਇਹ ਨਿਸ਼ਾਨ ਜੀ ਸਿੰਘਾਂ ਦੀ ਜਿਹੜੀ ਦੌੜ ਹੈ ਗੁਰਦੁਆਰਾ ਮਹੱਲਸਰ ਸਾਹਿਬ ਵਿਖੇ ਹੋਵੇਗੀ, ਜਿੱਥੇ ਦੌੜ ਤੋਂ ਬਾਅਦ ਸਮਾਪਤੀ ਕੀਤੀ ਜਾਵੇਗੀ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਕੀ ਕਹਿਣਾ ਚਾਹੋਗੇ, ਅੱਜ ਮਹੱਲੇ ਦੀ ਸ਼ੁਰੂਆਤ ਕੀਤੀ ਗਈ ਹੈ, ਇਹ ਕਿਉਂ ਸਜਾਇਆ ਜਾਂਦਾ, ਕਿਉਂਕਿ ਪਹਿਲਾਂ ਮੇਲਾ ਲੱਗਿਆ ਸੀ, ਸਮਾਪਤੀ ਤੇ ਕੀਤਾ ਜਾਂਦਾ ਹੈਗਾ? ਪਰਮ ਸਨਮਾਨ ਜੋ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਇਸ ਪਾਵਨ ਸਥਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ 'ਤੇ 1706 ਈਸਵੀ ਦੇ ਵਿੱਚ ਖਾਲਸਾ ਪੰਥ ਦਾ ਸਾਜਨਾ ਦਿਵਸ ਮਨਾਇਆ ਅਤੇ ਅਗਲੇ ਦਿਨ ਮਹੱਲਾ ਆਰੰਭ ਕਰਕੇ ਗੁਰਦੁਆਰਾ ਮਹੱਲਸਰ ਸਾਹਿਬ ਦੇ ਸਥਾਨ 'ਤੇ ਜਾ ਕੇ ਸਿੰਘਾਂ ਦੇ ਕੋਲੋਂ ਘੋੜ ਸਵਾਰੀ, ਸ਼ਸਤਰਬਾਜ਼ੀ, ਜੌਹਰ ਦੇਖੇ ਮਹੱਲੇ ਦੀ ਸਮਾਪਤੀ ਕਰਕੇ ਇਨਾਮ ਵੰਡੇ, ਮਹਾਰਾਜ ਨੇ ਬਖਸ਼ਾਂ ਕੀਤੀਆਂ। ਕਲਗੀਧਰ ਪਾਤਸ਼ਾਹ ਜੀ ਦੀ ਚਲਾਈ ਹੋਈ ਮਰਜ਼ਾਦਾ ਦੇ ਅਨੁਸਾਰ ਹਰ ਸਾਲ ਦੀ ਤਰ੍ਹਾਂ ਮਾਨਜੋਤ ਸਿੰਘ ਸਾਹਿਬ ਤਖ਼ਤ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਖਾਲਸਾ ਪੰਥ ਦਾ ਸਾਜਨਾ ਦਿਵਸ ਤਖ਼ਤ ਸਾਹਿਬ ਵਿਖੇ ਮਨਾਇਆ ਜਾਂਦਾ ਹੈ ਅਤੇ ਅਗਲੇ ਦਿਨ ਮਹੱਲਾ ਆਰੰਭ ਹੁੰਦਾ ਹੈ। ਅੱਜ ਤਖ਼ਤ ਸਾਹਿਬ ਤੋਂ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਵਿੱਚ ਮਹੱਲਾ ਆਰੰਭ ਹੋਇਆ, ਜੋ ਗੁਰਦੁਆਰਾ ਮਹੱਲਸਰ ਸਾਹਿਬ ਵਿਖੇ ਜਾ ਕੇ ਸਮਾਪਤੀ ਹੋਵੇਗੀ। ਗੁਰੂ ਕੀਆਂ ਲਾਡਲੀਆਂ ਫੌਜਾਂ, ਗੁਰੂ ਕੇ ਸਿੰਘ ਸ਼ਸਤਰਬਾਜ਼ੀ, ਘੋੜ ਸਵਾਰੀ, ਜ਼ੋਰ ਦਿਖਾਉਣਾ ਕਰਨਗੇ। ਇਹ ਮਹੱਲਾ ਖਾਲਸਾ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ, ਜੋ ਮਹਾਰਾਜ ਨੇ ਬਖਸ਼ਾ ਦਿੱਤੀਆਂ। ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਸਾਰੀਆਂ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਹੋਵਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ, ਇਹ ਸਨ ਹੈੱਡ ਗ੍ਰੰਥੀ ਸਾਡੇ ਨਾਲ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਮੌਜੂਦ ਨੇ, ਗੱਲਬਾਤ ਕਰਦੇ ਆ। ਸਿੰਘ ਸਾਹਿਬ ਜੀ, ਕੀ ਕਹਿਣਾ ਚਾਹੋਗੇ, ਅੱਜ ਮਹੱਲਾ ਸਜਾਇਆ ਗਿਆ, 3 ਦਿਨਾਂ ਮੇਲਾ ਚੱਲਿਆ, ਉਸ ਤੋਂ ਬਾਅਦ ਅੱਜ ਮਹੱਲੇ ਮੌਕੇ ਸਮਾਪਤੀ ਜਿਹੜੀ ਕੀਤੀ ਜਾ ਰਹੀ ਹੈ, ਕਿਸ ਤਰ੍ਹਾਂ ਦਾ ਜਲੌ, ਕਿਸ ਤਰ੍ਹਾਂ ਦਾ ਉਤਸ਼ਾਹ ਹੈਗਾ? ਖਾਲਸਾ ਸਾਜਨਾ ਦਿਵਸ ਵਿਸਾਖੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਬਹੁਤ ਸ਼ਰਧਾ ਭਾਵ ਉਤਸ਼ਾਹ ਦੇ ਨਾਲ ਮਨਾਈ ਗਈ ਹੈ। ਅੱਜ ਜੋ ਸਾਡੀ ਰਵਾਇਤ ਹੈ, ਸਾਡੀ ਮਰਿਆਦਾ ਹੈ, ਉਸ ਅਨੁਸਾਰ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਦੇ ਵਿੱਚ ਮੁਹੱਲੇ ਦਾ ਨਗਰ ਕੀਰਤਨ ਜਿਹੜਾ ਹੈ ਉਹ ਸਜਾਇਆ ਜਾ ਰਿਹਾ। ਹਜ਼ਾਰਾਂ ਨਹੀਂ ਬਲਕਿ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਨੇ ਖਾਲਸਾ ਸਾਜਨਾ ਦਿਵਸ ਮੌਕੇ ਔਰ ਇਸ ਮੁਹੱਲੇ ਦੇ ਜੋੜ ਮੇਲੇ ਮੌਕੇ ਹਾਜ਼ਰੀ ਭਰੀ ਹੈ। ਮੈਂ ਸਮੂਹ ਸੰਗਤ ਨੂੰ ਇਹੋ ਹੀ ਅਪੀਲ ਕਰਨਾ ਚਾਹੁੰਦਾ ਕਿ ਅੱਜ ਸਮਾਂ ਹੈ, ਵਕਤ ਹੈ, ਸਾਨੂੰ ਬਹੁਤ ਸਾਰੀਆਂ ਚੁਣੌਤੀਆਂ ਨੇ ਔਰ ਉਹਨਾਂ ਚੁਣੌਤੀਆਂ ਨਾਲ ਨਜਿੱਠਣ ਵਾਸਤੇ ਸਾਨੂੰ ਇਕਜੁੱਟ ਹੋਣ ਦੀ ਬਹੁਤ ਜ਼ਰੂਰਤ ਹੈ। ਗੁਰੂ ਪੰਥ, ਗੁਰੂ ਗ੍ਰੰਥ ਨੂੰ ਅਸੀਂ ਸਮਰਪਿਤ ਹੋਈਏ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਅਤੇ ਬਾਣੇ ਦੇ ਧਾਰਨੀ ਬਣ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੀ ਰੋਸ਼ਨੀ ਦੇ ਵਿੱਚ ਅਸੀਂ ਆਪਣੀ ਜ਼ਿੰਦਗੀ ਬਸਰ ਕਰਨ ਵਾਲੇ ਬਣਨ ਵਾਲੇ ਪਾਸੇ ਤੁਰੀਏ ਔਰ ਆਪਸੀ ਜਿਹੜੇ ਨਿੱਕੇ ਨਿੱਕੇ ਮਤਭੇਦ ਹੈ ਇਹਨਾਂ ਤੋਂ ਰਹਿਤ ਹੋਈਏ।
ਤਾਂ ਅਸੀਂ ਚੜ੍ਹਦੀ ਕਲਾ ਦੇ ਨਾਲ ਚੁਣੌਤੀਆਂ ਦਾ ਮੁਕਾਬਲਾ ਕਰ ਸਕਦੇ ਹਾਂ। ਮੈਂ ਖਾਲਸਾ ਸਾਜਨਾ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ। ਬਿਲਕੁਲ, ਇਹ ਸਨ ਗਿਆਨੀ ਹਰਪ੍ਰੀਤ ਸਿੰਘ ਜਿਨ੍ਹਾਂ ਨੇ ਸਿੱਖ ਕੌਮ ਨੂੰ ਇੱਕ ਝੰਡੇ ਥੱਲੇ ਇਕੱਠਾ ਹੋਣ ਦੀ ਅਪੀਲ ਕੀਤੀ ਹੈ।